ਜਾਂਦੀ ਹੈ। ਬਸ ਇਤਨੀ ਗੱਲ ਸਮਝਾਉਣ ਆਇਆ, ਕਰੋੜਾਂ ਪਰੇ ਮੁਸ਼ਰਫ ਇਕੱਠੇ ਕਰ ਲਓ, ਕਰੋੜਾਂ ਕਿਆਨੀ ਤੇਰਾ ਵੀਰ ਸ਼ਰੀਫ ਜੋੜੋ, ਕਰੋੜਾਂ ਪਾਜਵੇ ਜੋੜੋ, ਬਸ ਖਾਸ ਦੇ ਬਰਾਬਰ ਵੀ ਨਹੀਂ ਹੋ ਸਕਦੇ ਜਿੱਥੋਂ ਮੇਰੇ ਨਬੀ ਦਾ ਵਿਲਾਦ ਇੱਕ ਵਾਰੀ ਅਫਗਾਨਿਸਤਾਨ ਨੂੰ ਖੰਡਰ ਬਣਾਉਣ ਵਾਸਤੇ ਜਨਾਬੇ ਆਲਾ ਨੇ ਤੁਹਾਨੂੰ ਸਪਲਾਈ ਦਿੱਤੀ ਹੈ, ਜਿਹਨੇ ਆਫੀਆ ਦੇ ਸੀ ਟੈਕੀ ਵੇਚੀ ਹੈ, ਜਿਹਨੇ ਮੇਰਾ ਥੰਦੇ ਸੰਘਰਿਆ ਜਿਸ ਦਾਲਨ ਨੇ ਜਨਾਬੇ ਆਲਾ ਦੌਲਤ ਹਮਲਿਆਂ ਦੀ ਰਸਮਾਂ ਪਾਈਆ, ਖੁਦ ਕੁਛ ਹਮਲਿਆਂ ਦੀ ਲਾਨਤ ਪਾਕਿਸਤਾਨ ਨੇ ਲਿਆਂਦੀ ਹੈ, ਜਿਸ ਦਾਲਨ ਨੇ ਜਨਾਬੇ ਆਲਾ ਪਾਕਿਸਤਾਨ ਦੇ ਅੰਦਰ ਬੇਹਯਾਈ ਨੂੰ ਪਰਵਾਨ ਚੜਾਇਆ, ਜਿਹਨੇ ਮਲਾਲਾ ਜਸੀਆਂ ਕੁੜੀਆਂ ਨੂੰ ਪ੍ਰੋਟੈਕਸ਼ਨ ਦਿੱਤੀ ਹੈ, ਜਿਹਨੇ ਜਿਹੜਾ ਬਲੋਚਿਸਤਾਨ ਤੇ ਕੇਪੀ ਕੇਲੇ ਪਾਕਿਸਤਾਨੀਆਂ ਨੂੰ ਇਦਾਰਿਆਂ ਦੇ ਖਿਲਾਫ ਕੀਤਾ। ਅਸੀਂ ਐਸੇ ਬੰਦੇ ਨਾਲ ਨਹੀਂ ਖੜੇ, ਅਸੀਂ ਉਸ ਦੇ ਨਾਲ ਖੜੇ ਹਾਂ ਜਿਹੜਾ ਕਹਿੰਦਾ ਹੈ ਪਾਕਿਸਤਾਨ ਕਾ ਮਤਲਬ ਕਿਆ, ਦਸਤੂਰ ਰਿਆਸਤ ਕਿਆ ਹੋਗਾ, ਜੱਜਾਂ ਦਾ ਵੀ ਇਮਤਿਹਾਨ ਹੈ, ਹੁਣ ਡਾਕਟਰਾਂ ਦਾ ਵੀ ਇਮਤਿਹਾਨ ਹੈ। ਉਹ ਇੱਕ ਇੱਕ ਸ਼ੈਤਾਨਤਾ ਸੀ ਦੀ ਬੱਤੀ ਬੁਝਾਈ ਸੀ ਲੱਭੇ ਤੇ ਮੁੰਡਿਆਂ ਨੇ, ਤੇ ਬਦਲੇ ਦੇ ਅੰਦਰ ਇੱਕ ਮੋਮਬੱਤੀ ਬੁਝਾਉਣ ਦੇ ਜੁਰਮ ਵਿੱਚ 5 ਸਾਲ ਕੈਦ ਕਰਕੇ ਆਇਆ। ਕਹਿੰਦੇ ਇਸੇ ਬੜਾ ਵੀ ਕੋਈ ਜੁਰਮ ਹੋ ਸਕਦਾ ਹੈ ਕਿ ਕੋਈ ਮੋਮਬੱਤੀ ਬੁਝਾ ਦੇ, ਤੇ ਅੱਜ ਦਾ ਵਿਆਹ ਦਾ 14 ਬੰਦੇ ਪੰਜਾਬ ਕਾਰਡੀਓਲੋਜੀ ਵਿੱਚ ਮਰ ਗਏ। ਉਹ ਡਾਕਟਰ ਦੀ ਵਜ੍ਹਾ ਤੋਂ ਮਰੇ ਜਾਂ ਵਕੀਲਾਂ ਦੀ ਵਜ੍ਹਾ ਤੋਂ ਮਰੇ ਜਾਂ ਵਕੀਲਾਂ ਦੇ ਭੇਸਾਂ ਵਿੱਚ ਛੁਪੇ ਏਜੰਸੀਆਂ ਦੀ ਵਜ੍ਹਾ ਤੋਂ ਮਰੇ, ਇਹਦੇ ਬਾਅਦ ਦੀ ਗੱਲ ਹੈ। ਪਰ ਪੁੱਤਰ ਅੱਜ ਸਦਾ ਸੁਣਾ ਨਾ ਪਤਾ ਲੱਗੇ ਕਿ ਕਿਤਨੇ ਹੌਸਲੇ ਨੇ ਤੁਹਾਡੇ ਅੰਦਰ ਅੱਜ ਦਿਓ। ਲੇਕਿਨ ਇੱਕੋ ਗੱਲ ਮੈਂ ਜ਼ਰੂਰ ਕਰਾਂਗਾ, ਇਹ ਵੱਡੇ ਸਾਡੇ ਪੁਰਾਣੀ ਗੱਲ ਕਰ ਗਏ ਨੇ, ਆਪਣੇ ਭਾਈਆਂ ਵਾਸਤੇ ਗੜਾ ਖੋਦਦਾ ਹੈ ਖੁਦ ਉਹਦੇ ਵਿੱਚ ਗਿਰਦਾ ਹੈ। ਇਹ ਕੱਲ ਦੀ ਗੱਲ ਹੈ, ਮੁਸ਼ਰਫ ਸਾਹਿਬ ਨੇ ਖਸੂਸੀ ਅਦਾਲਤਾਂ ਬਣਾਈਆਂ ਸਨ ਮੇਰੇ ਜੈਸੇ ਮੌਲਵੀਆਂ ਨੂੰ ਜਨਾਬ ਗਾਇਬ ਕਰਨ ਵਾਸਤੇ, ਅਮਰੀਕਾ ਨੂੰ ਵੇਚਣ ਵਾਸਤੇ, ਗੱਦਾਰ ਕਰਾਰ ਦੇ ਕੇ ਜਨਾਬ ਆਲਾ ਨਿਸ਼ਾਨੇ ਹੀ ਬਣਾਉਣ ਵਾਸਤੇ। ਅੱਜ ਉਸੇ ਖਸੂਸੀ ਅਦਾਲਤ ਨੇ ਜਦੋਂ ਕਰਮ ਕੀਤਾ ਹੈ ਮੁਸ਼ਰਫ ਸਾਹਿਬ ਦੇ ਅੱਜ ਬੜੀ ਤਕਲੀਫ ਹੋਈ ਹੈ, ਅੱਜ ਵੀ ਮੌਕਾ ਹੈ। ਮੈਂ ਕਹਿ ਰਿਹਾ ਇਮਰਾਨ ਖਾਨ ਸਾਹਿਬ ਨੂੰ ਵੀ, ਮੈਂ ਕਹਿ ਰਿਹਾ ਆਪਣੇ ਚੀਫ ਜਸਟਿਸ ਕਮਿਆ ਬਣਾ ਲੈਣ, ਮੈਂ ਕਹਿ ਰਿਹਾ ਆਪਣੇ ਆਰਮੀ ਚੀਫ ਸਾਹਿਬ ਨੂੰ ਵੀ, ਖੁਦਾ ਦਾ ਵਾਸਤਾ ਜੇ ਇਹ ਸੈਮਰੇਟੀ ਨਾਮੀ ਜਨਾਬ ਆਲਾ ਜ਼ੁਲਮ ਵਾਲੇ ਪਿਓ ਨੂੰ ਖਤਮ ਕਰ ਦਿਓ, ਜਿਹਨੇ ਲੋਕਾਂ ਦੀਆਂ ਜ਼ਿੰਦਗੀਆਂ ਬਰਬਾਦ ਕਰ ਦਿੱਤੀਆਂ। ਇਹ ਜਨਾਬ ਆਲਾ ਸਪੈਸ਼ਲ ਕੋਰਟਾਂ ਤੇ 4-4 ਕੋਰਟ, ਇਹ ਜਨਾਬ ਸਿਵਲ ਕੋਰਟ ਹੈ, ਮਿਹਰਬਾਨੀ ਕਰੋ ਪੈਸੇ ਕੋਈ ਲੈ ਲੈਂਦੇ ਆ, ਇਹਨਾਂ ਕੋਲੋਂ ਜੁਰਮਾਨਾ ਦੇ ਦਿੰਦੇ ਆ, ਸਦਾ ਨਾ ਦਿਓ। ਮੇਰੇ ਨਬੀ ਦੇ ਚਿਹਰੇ ਤੇ ਜਲਾਲ ਆ ਗਿਆ, ਫਰਮਾਇਆ ਕੀ ਕਹਿੰਦਾ ਹੈ, ਇਹਦੀ ਜਗ੍ਹਾ ਤੇ ਖਾਨਦਾਨ ਦੇ ਰਿਸਾਲਤ ਦੀ ਔਰਤ ਵੀ ਆਉਂਦੀ ਹੈ। ਫੈਸਲਾ ਉਹੀ ਹੋਣਾ ਸੀ ਜਿਹੜਾ ਮੈਂ ਕਰ ਛੋੜਿਆ ਆਇਆ, ਤੇ ਮੈਂ ਤੁਹਾਨੂੰ ਇਹ ਸਮਝਾਉਣ ਵਾਸਤੇ ਗੱਲ ਕਰ ਰਿਹਾ। ਆਖੋ ਮੈਂ ਮੌਲਵੀ ਸਿਆਸਤ ਦੇ ਲਗਾ ਲਿਆ, ਇਸ ਵਾਸਤੇ ਲਗਾ ਲਿਆ ਹੈ ਕਿ ਯਾਦ ਰੱਖੋ, ਅੱਜ ਕੋਈ ਇਹ ਆਖੇ ਕਿ 40 ਸਾਲ ਮੁਲਕ ਦੀ ਖਿਦਮਤ ਕੀ ਹੈ, ਸਲਾਹ ਨਹੀਂ ਦੀ ਜਾ ਸਕਦੀ। ਮੇਰੇ ਨਬੀ ਨੇ ਜਨਾਬ ਆਲਾ 63 ਸਾਲ ਦੀ ਉਮਰ ਤੱਕ ਜੋ ਦੀਨ ਖਿਦਮਤ ਕੀਤੀ, ਜੋ ਦੀਨ ਲਿਆ ਗਿਆ, ਕਿਆ ਹਜ਼ੂਰ ਦੀ ਕੀਮਤ ਦਿੱਤੀ ਜਾ ਸਕਦੀ ਹੈ। ਆਖਰੀ ਵਕਤ ਸੀ ਮੇਰੇ ਆਕਾ ਦਾ ਦੁਨੀਆ ਤੋਂ ਪਰਦਾ ਕਰਨ ਤੋਂ ਪਹਿਲੇ, ਤੇ ਮੇਰੇ ਨਬੀ ਨੇ ਖੁਤਬਾ ਦਿੱਤਾ, ਫਰਮਾਇਆ ਕਿਸੇ ਦਾ ਮੈਂ ਹੱਕ ਦੇਣਾ ਹੈ ਤੇ ਲੈ ਲਓ, ਕਿਸੇ ਦਾ ਮੈਂ ਨੁਕਸਾਨ ਕੀਤਾ ਹੈ ਤੇ ਮੰਗ ਲਓ। ਤੇ ਉਸ ਵੇਲੇ ਹਜ਼ਰਤ ਦੇ ਹੁਕਮ ਸ਼ਕ ਕਰਦੇ, ਹਜ਼ੂਰ ਤੁਸੀਂ ਫਲਾਂ ਦੇ ਮੌਕੇ ਤੇ ਮੈਨੂੰ ਸਬਸਿਡੀ ਕਰਦੇ ਹੋ, ਕੋੜਾ ਮਾਰਿਆ ਸੀ। ਮੇਰੇ ਆਕਾ ਨੇ ਬਿਲਾਲ ਪਾਕ ਨੂੰ ਫਰਮਾਇਆ, ਜਾ ਮੇਰੀ ਬੇਟੀ ਦੇ ਘਰੋਂ ਕੋੜਾ ਲੈ ਆ, ਜਿਸ ਵੇਲੇ ਕੋੜਾ ਲੈ ਕੇ ਆਇਆ ਸੈਯਦ ਅਫਾਕ ਪੁਸ਼ਤੀਆ ਨੇ ਬਿਲਾਲ ਕਿਉਂ ਰੁਕਵਾਇਆ, ਇਹ ਤੇ ਹਜ਼ੂਰ ਸਫ਼ਰ ਤੇ ਲੈ ਜਾਂਦੇ ਹੁੰਦੇ ਨੇ, ਅੱਜ ਤੇ ਕਿਤੇ ਨਹੀਂ ਜਾ ਰਹੇ, ਕਿਉਂ ਜਾ ਕਿਉਂ ਲੈ ਕੇ ਜਾ ਰਹੇ ਹੋ। ਬਿਲਾਲ ਵੀ ਰੋ ਪਏ, ਹਜ਼ੂਰ ਨੂੰ ਇੱਕ ਬੰਦੇ ਨੇ ਮਾਰ ਕੇ ਬਦਲਾ ਲੈਣਾ ਹੈ। ਆਕਾ ਨੇ ਫਰਮਾਇਆ ਲੈ ਆਓ, ਤੇ ਸੈਯਦ ਅਫਾਕ ਨੇ ਹਸਨ ਤੇ ਹੁਸੈਨ ਪਾਕ ਨੂੰ ਵੀ ਤਾਲ ਦੇ ਦਿੱਤਾ, ਫਰਮਾਇਆ ਤੁਸੀਂ ਚਲੇ ਜਾਓ, ਨਾਮੇ ਦੀ ਜਗ੍ਹਾ
ਤੇ ਤੁਸੀਂ ਦੁਗਨੇ ਖਾ ਲਿਆ ਜੇ ਕੋੜੇ ਲੇਕਿਨ ਆਪਣੇ ਨਾਨਾ ਨੂੰ ਕੁਝ ਨਾ ਹੋਣ ਦੇ ਆ ਜੇ ਉਹਨਾਂ ਦੀ ਤਬੀਅਤ ਦਲੀਲ ਐਸਨ ਕਰੀਮੈਨ ਵੀ ਆਇਆ ਇਸ ਵੇਲੇ ਘੋੜਾ ਵੀ ਲੈ ਕੇ ਆਇਆ ਕਹਿੰਦੇ ਚਾਚਾ ਉਹ ਕਾਸ਼ਾ ਇੱਕ ਘੋੜੇ ਦੇ ਬਦਲੇ 100 ਦੁਸ਼ਮਣ ਨੂੰ ਮਾਰੋ ਅਸੀਂ ਉਹ ਵੀ ਨਹੀਂ ਕਰਾਂਗੇ ਉਹਨਾਂ ਛੋਟੀਆਂ ਤੇ ਕੀ ਹੋਇਆ ਅਲੀ ਦੇ ਬੇਟੇ ਨਾਲ ਸੈਯਦਾ ਪਾਕ ਦੇ ਨਹੀਂ ਖਬਰਾਵਾਂਗੇ ਕੋਈ ਪਰੇਸ਼ਾਨੀ ਨਹੀਂ ਹੈ ਤੁਸੀਂ ਮਾਰੋ ਲੇਕਿਨ ਹਜ਼ੂਰ ਨੂੰ ਕੁਝ ਨਾ ਆਖੋ ਤੇ ਉਸ ਵੇਲੇ ਹਜ਼ਰਤ ਕਾਸ਼ਾ ਕਹਿੰਦੇ ਨੇ ਬਦਲਾ ਤੇ ਜ਼ਰੂਰ ਲਿਆ ਜਾਏਗਾ ਪਹਿਲਵਾਨੀ ਸਾਰੀ ਹਜ਼ੂਰ ਤੇ ਤੀਰ ਦੀ ਖਾਤਰ ਜਨਾਬ ਯਾਰਾ